ਸਾਹਿਬਾਂ ਸਿਆਲ ਖਤ ਲਿਖ ਕੇ ਖਾਨ ਮਿਰਜ਼ੇ ਨੂੰ ਘੱਲ ਦੀਏ। ਸਾਈ ਚਾਂਦੀ ਹੋਇਆ ਹੈ ਕੋ ਲਿਖਦਾ ਹੈ, ਸਾਈ ਮੁਸ਼ਤਾਕ ਹੁਸੈਨ ਦਿਸਣ ਵਾਲਾ ਕਿੰਗ ਦੇ ਨਾਲ ਪੇਸ਼ ਕਰਨ ਲੱਗਾ। ਸਾਈ ਅੱਲਾ ਲੋਕ ਮੈਂ ਤੇਰੀ ਬੇਟੀ ਕੀ ਫਰਿਆਦ ਕਰਦੀ। ਫਾਖਿਆ ਸਾਹਿਬਾਨੀ ਉੱਠ ਫੁੱਫੀ, ਬੰਦਾ ਕਦੀ ਮਿਲਦੇ ਦੇ ਹੋਏ ਵੱਲ ਕੋਈ, ਦਾਦੀ ਢੂੰਡ ਕੇ ਕੱਲੀ ਅੰਦੀ ਹੋਏ ਸ਼ਹਿਰ ਵਿੱਚੋਂ, ਜਿਹੜਾ ਜਾ ਪੁੱਤੇ ਅੱਜ ਹੋਏ ਗੱਲ ਕੋਈ, ਮੋਇਆ ਜਿਉਂਦਿਆਂ ਦੀ ਖਬਰ ਜਾਂਦੀ ਆਸ਼ਕਾਂ ਵਿੱਚ ਮਨਜ਼ੂਰ ਹੋਵਾਂ, ਜੇ ਕਰੇ ਜਾਨ ਤੇ ਗੱਲ ਕੋਈ, ਬੇ ਬਹਿ ਕੇ ਸਾਹਿਬਾਂ ਨੇ ਹੋਏ ਖਤ ਲਿਖਿਆ। ਸਾਹਿਬਾਂ ਨੂੰ ਬੀਬੋ ਆਖਦੀ ਏ, ਬੱਚਿਆ ਅੱਜ ਤੈਨੂੰ ਖੈਰ ਪਿਆ, ਅੱਜ ਤੂੰ ਪੈਰਾਂ ਬੜੀਆਂ ਲੈਣੀ। ਸਾਹਿਬਾਂ ਆਖਦੀ ਏ, ਮੈਂ ਤੈਨੂੰ ਦੱਸਾਂ, ਖਾਨ ਮਿਰਜ਼ੇ ਨੇ ਆਉਣਾ ਸੀ, ਅੜੀਏ ਉਹ ਆਇਆ ਨਹੀਂ, ਅੱਲਾ ਕਰਕੇ ਉਹਦੀ ਖੈਰ ਹੋਵੇ। ਆਪੋ ਆਪਣੇ ਮਹਿਬੂਬ ਵਾਸਤੇ ਹਰ ਕੋਈ ਦਬਾਅ ਮੰਗਦਾ। ਸ਼ਾਲਾ ਖੈਰ ਹੋਵੇ ਮੇਰੇ ਸੱਜਣਾ ਦੀ, ਖਬਰੇ ਕਿਉਂ ਬਦਨਾ ਅੱਜ ਉਦਾਇਆ ਏ, ਘੜੀ ਪਾਲ ਆਰਾਮ ਨੀ ਆਵਦਾ ਏ, ਸਾਨੂੰ ਇਸ਼ਕ ਤੰਦੂ ਦਾ ਪਾਇਆ ਏ, ਬੋਲੀਆ ਨਾ ਰੋ ਕੁਨੀ ਬਦੂ ਮੁਆ ਖੇ ਦੇ ਅੱਗ ਹਿਜਰ ਦੀ ਆਡੂ ਪੂਜਾਇਆ ਏ, ਦਾਦੀ ਇਸ਼ਕ ਦੀ ਰੀਤ ਪੁਸ਼ਤਾਕ ਸਾਈਆਂ ਗਮ ਯਾਦ ਆਖਦੀ ਏ ਸਾਹਿਬਾਂ ਨੂੰ।
ਇਸ ਤਰ੍ਹਾਂ ਕਰ, ਜੇ ਤੂੰ ਪਤਾ ਕਰਨਾ ਤੇ ਕਰਮੂ ਬਾਹਮਣ ਦਾ ਜਾ ਕੇ ਤਰਲਾ ਮਾਰ, ਦੇਖੋ ਤੇਰੇ ਖੱਤ ਦੀਆਂ ਕਿਵੇਂ ਕਾਂਗਾਂ ਚਾੜਦਾ। ਸਾਹਿਬਾਂ ਦੇ ਬੀਬੋ ਹੁਣ ਕਰਮੂ ਬਾਹਮਣ ਦੇ ਕੋਲ ਜਾਂਦੀਆਂ ਨੇ, ਮੇਰੇ ਉੱਤੇ ਕਾਂਗ ਛਾੜ ਦੇਣੀ। ਅੱਲਾ 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 ਅੱਲਾ, ਲਾਲਚ ਬੁਰੀ ਬਲਾ ਹੈ। ਤੋਬਾ ਤੋਬਾ। ਦਾਲ ਦਿੱਤੀਆਂ ਸਾਹਿਬਾਂ ਨੇ ਲਾ ਕਰੀਆਂ, ਬਾਮਣ ਇੱਕ
ਦਾ ਫੁੱਲ ਕਿਉਂ ਬੇਚਾਰ ਹੋਇਆ, ਛੁੱਟਾ ਸਖਤ ਕਮਾਉਂ ਦੇ ਉਹ ਤੀਰ ਵਾਂਗੂ, ਭੁੱਖੇ ਬਾਜ ਵਾਂਗੂ ਉਹ ਰਵਾਂਦਾਰ ਹੋਇਆ, ਕੱਦ ਪੁੱਤਰੀ ਵੇ ਤੂੰ ਬਲਚਾਰਿਓ ਸੂ, ਖੱਦ ਲੈ ਕੇ ਤੁਰਤ ਪਿਆ ਰੋਇਆ, ਜਾਂਦੀ ਸਫ਼ਰ ਦਾ ਊ ਪਿੰਡਾ ਮਨਜ਼ੂਰ ਕਰਕੇ ਪਰ ਅੱਠਵੇਂ ਨੂੰ ਖਬਰ ਰੋਏਦਾਰ ਅੱਗੇ ਵੇਖਿਆ ਜੱਟ ਮਿਰਜ਼ਾ ਪਲੰਗ ਦੇ ਉੱਤੇ ਬੜੇ ਪ੍ਰੇਮ ਨਾਲ ਨਸ਼ੇ ਦੇ ਵਿੱਚ ਹੋ ਕੇ ਸੁੱਤਾ ਹੈ, ਉਧਰੋਂ ਕਰਮੂ ਬਾਹਮਣ ਨੇ ਵੀ ਖੱਤ ਦੀ ਕਾਂਗ ਝਾੜ ਦਿੱਤੀ, ਉੱਠ ਖਾਂ ਕਰ ਮਾਰਿਆ, ਬਾਹਮਣ ਕੱਢ ਕੇ ਖਾਤੂਬ ਖਾਲੇ ਆਏ, ਲੱਗਾ ਇਸ਼ਕ ਦਾ ਦੁੱਖੜਾ ਓਏ ਵਿੱਚ ਸੀਨੇ, ਲੱਗਾ ਇਸ਼ਕ ਦਾ ਦੁੱਖੜਾ ਓਏ ਵਿੱਚ ਸੀਨੇ, ਫਿਰ ਉਹ ਫੂਕ ਮੂੰਹ ਬਦੜਾ ਓਏ ਬਾਲੇ ਆਏ, ਟਿੱਕਾ ਪਲਗ ਥੀ ਮਾਰ ਕੇ ਓਏ ਹਾਰ ਨਾਰੇ ਓਏ ਹਾਰ ਨਾਰੇ ਤਵੀ ਓਏ ਲਾਲ ਨਾਰੇ ਮੇਰੀ ਰੋਂਦਿਆਂ ਦੀ ਨੂੰ ਛਾਲ ਆਏ, ਜਾਂਦੀ ਸਫ਼ਰ ਦਾ ਪਿੰਡਾ ਮੇਰੀ ਮਨਜ਼ੂਰ ਕਰਕੇ ਉਤਰ ਦੇ ਕੌਲ ਦਾ ਬਾਂਧਦਾ ਓਏ ਬਾਲੇ ਆਏ ਮੇਰੇ ਰਾਸੀ ਦੇ ਜੱਟ ਮਿਰਜ਼ਾ ਕਰਮੂ ਬਾਹਮਣ ਨੂੰ ਪਿਛਾਂ ਕੱਢਦਾ ਵਾਪਸ, ਜਾ ਕੇ ਸਾਹਿਬਾਂ ਨੂੰ ਜਾ ਕੇ ਦਲੇਰੀ ਦੇ, ਮੈਂ ਤੇਰੇ ਮਗਰ ਹੀ ਕਾਨਾ ਝਾੜਦਾ ਲਗਾਉਣਾ।